ਸੰਗਰੂਰ 'ਚ ਅਕਾਲੀ ਦਲ ਦੇ ਪ੍ਰਧਾਨ ਦੀ ਗੱਡੀ ਉੱਤੇ ਹੋਏ ਹਮਲੇ 'ਤੇ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਉਹਦੀ ਉਸ ਇਨਵੈਸਟੀਗੇਸ਼ਨ ਦੀ ਨਿੰਦਾ ਕੀਤੀ ਜਾ ਰਹੀ ਹੈ ਅਕਾਲੀ ਦਲ ਵੱਲੋਂ ਅਤੇ ਹੋਰ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਮਹੇਸ਼ਿੰਦਰ ਜੀ। ਮਹੇਸ਼ਿੰਦਰ ਜੀ, ਕੀ ਤੁਹਾਡਾ ਪੁਆਇੰਟ ਹੈ, ਕਿਸ ਪੁਆਇੰਟ ਨੂੰ ਲੈ ਕੇ ਤੁਸੀਂ ਨਿੰਦਾ ਕਰ ਰਹੇ ਹੋ ਕਿ ਇਨਵੈਸਟੀਗੇਸ਼ਨ ਸਹੀ ਪ੍ਰੋਪਰ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ? ਅਸੀਂ ਇਹ ਕਹਿ ਰਹੇ ਹਾਂ ਕਿ ਜੋ ਹਮਲਾ ਕਰਾਇਆ ਪੰਜਾਬ ਦੀ ਕਾਂਗਰਸ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਕਰਾਇਆ। ਪੁਲਿਸ ਇਹਦੇ ਵਿੱਚ ਸਹਿਮਤੀ ਵਾਲੀ ਪਾਰਟੀ ਹੈ, ਚੋਰ ਅਤੇ ਕੁੱਤੀ ਰਲੇ ਹੋਏ ਨੇ। ਪੁਲਿਸ ਨੇ ਮੁਲਜ਼ਮਾਂ ਨੂੰ ਪ੍ਰੋਟੈਕਟ ਕੀਤਾ, ਬੋਗਸ ਪਰਚਾ ਕੀਤਾ। ਚਾਹੀਦਾ ਤਾਂ ਇਹ ਸੀਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ Z+ ਸਿਕਿਉਰਿਟੀ ਦੇ ਪ੍ਰੋਟੈਕਟੀ ਨੇ, ਉਹਨਾਂ ਦੇ ਨੇੜੇ ਕੋਈ ਵੀ ਘਟਨਾ ਨਹੀਂ ਸੀ ਹੋਣ ਦੇਣੀ ਚਾਹੀਦੀ ਜੇ ਪੁਲਿਸ ਆਪਣੀ ਡਿਊਟੀ ਤੋਂ ਕੁਤਾਹੀ ਨਾ ਕਰਦੀ। ਅਤੇ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਅਟੈਕ ਸੀਗਾ ਸਟੇਟ ਸਪੋਂਸਰਡ ਸੀਗਾ ਅਤੇ ਉਸ ਤੋਂ ਬਾਅਦ ਇਹਦੇ ਵਿੱਚ ਪੰਜਾਬ ਪੁਲਿਸ ਵੀ ਮਿਲੀ ਹੋਈ ਹੈ? ਸਟੇਟ ਸਪੋਂਸਰਡ ਅਟੈਕ ਹੋਇਆ ਸਰ ਸੁਖਬੀਰ ਸਿੰਘ ਬਾਦਲ 'ਤੇ, ਪੁਲਿਸ ਉਹਦੇ ਵਿੱਚ ਪ੍ਰੋਟੈਕਟ ਕਰ ਰਹੀ ਹੈ ਸਟੇਟ ਦੇ ਕਰਿੰਦਿਆਂ ਨੂੰ। ਕਿਵੇਂ ਜੀ? ਜਿਨ੍ਹਾਂ ਨੇ ਕੀਤਾ ਕੰਮ ਸਾਰਾ ਨਹੀਂ, ਪ੍ਰੋਟੈਕਟ ਕਿਵੇਂ ਕਰ ਰਹੇ? ਕੰਪਲੇਂਟ ਤਾਂ ਬੋਗਸ ਬੋਗਸ ਪਰਚਾ ਅਗੇਂਸਟ ਅਨ ਆਈਡੈਂਟੀਫਾਈਡ ਪੀਪਲ, ਜਦ ਕਿ ਹਰ ਅਖਬਾਰ ਨੇ ਹਰ ਵੀਡੀਓ ਨੇ ਉਹ ਬੰਦਿਆਂ ਦਾ ਫੇਸ ਐਪਰੈਂਟਲੀ ਦਿਖਾਇਆ, ਪਰ ਪੁਲਿਸ ਨੂੰ ਉਹ ਅਣਪਛਾਤੇ ਲੱਗ ਰਹੇ ਨੇ। ਠੀਕ ਹੈ, ਅਤੇ ਹੁਣ ਤੁਹਾਡੀ ਕੀ ਡਿਮਾਂਡਸ ਨੇ? ਸਾਡੀ ਡਿਮਾਂਡ ਹੈ ਇਹ ਕੇਸ CBI ਨੂੰ ਦਿੱਤਾ ਜਾਵੇ। ਸੈਕਿੰਡ ਥਿੰਗ ਕਿ ਜਿਹੜਾ Z+ ਪ੍ਰੋਟੈਕਟ ਹੀ ਹੁੰਦਾ ਹੈਗਾ, ਉਹਦੇ ਲਈ ਬਲੂ ਬੁੱਕ ਵਿੱਚ ਸਾਰੇ ਗਾਈਡਲਾਈਨਸ ਪ੍ਰੋਟੋਕੋਲ ਲਿਖੇ ਹੁੰਦੇ ਆ, ਉਹਨਾਂ ਦੀ ਵਾਇਲੇਸ਼ਨ ਹੋਈ ਹੈ। ਅਸੀਂ ਹੋਮ ਮਿਨਿਸਟਰ ਨੂੰ ਮਿਲਾਂਗੇ, ਜਿਹੜੇ ਪੁਲਿਸ ਅਫਸਰਾਂ ਦੀ ਉਹ ਬਲੂ ਬੁੱਕ ਨੂੰ ਫੋਲੋ ਕਰਨ ਵਿੱਚ ਕੁਤਾਹੀ ਹੈ, ਉਹਨਾਂ ਸਾਰਿਆਂ ਦੇ ਅਗੇਂਸਟ ਅਸੀਂ ਐਕਸ਼ਨ ਮੰਗਾਂਗੇ, ਸਟ੍ਰਿਕਟ ਐਕਸ਼ਨ। ਅਤੇ ਤੁਹਾਡਾ ਡੈਲੀਗੇਸ਼ਨ ਮਿਲਣ ਜਾ ਰਿਹਾ ਹੋਮ ਮਿਨਿਸਟਰ ਨੂੰ 7ਵੀਂ ਰੈਲੀ ਤੋਂ ਬਾਅਦ? ਅੱਛਾ, ਰੈਲੀ ਤੋਂ ਬਾਅਦ, ਠੀਕ ਹੈ। ਅਤੇ ਅੱਛਾ, ਤੁਸੀਂ ਜਿਹੜੀ ਪ੍ਰੈਸ ਕਾਨਫਰੰਸ ਸੀਗੀ ਉਹਦੇ ਵਿੱਚ ਕਿਹਾ ਕਿ ਜਿਹੜਾ ਅਟੈਕ ਹੋਇਆ ਉਸ ਤੋਂ ਬਾਅਦ ਜੇ ਕਰਮਚਾਰੀ ਜੇ ਵਿਗੜ ਜਾਂਦੇ ਜਾਂ ਕੋਈ ਗੱਡੀ ਥੱਲੇ ਆ ਜਾਂਦਾ, ਆਪਾਂ ਕੀ ਮੰਨੀਏ? ਤੁਸੀਂ ਇਨਡਾਇਰੈਕਟਲੀ ਧਮਕੀ ਦਿੱਤੀ ਹੈ ਜੇ ਅਗਲੀ ਵਾਰੀ ਇਹੋ ਜਿਹਾ ਕੁਛ ਹੋਇਆ ਤਾਂ ਬਲੱਡ ਸ਼ੈੱਡ ਹੋ ਸਕਦਾ? ਨਹੀਂ, ਬਲੱਡ ਸ਼ੈੱਡ ਤਾਂ ਦੇਖੋ ਰਿਐਕਸ਼ਨ ਕਿਸੇ ਗੱਲ ਦਾ ਵੀ ਹੋ ਸਕਦਾ, ਜੇ ਕੱਲ੍ਹ ਉਹ ਇਹੋ ਜਿਹਾ ਕੰਮ ਰੋਕਣਗੇ ਹੀ ਨਹੀਂ ਗਏ, ਅਕਾਲੀ ਦੇ ਵਰਕਰ ਵੀ ਰੋਹ 'ਚ ਆ ਕੇ ਕੁਛ ਕਰ ਸਕਦੇ। ਫਿਰ ਜਿਹੜੀ ਗੱਲ ਦਾ ਅਸੀਂ ਖਤਰਾ ਮੰਨ ਰਹੇ ਹਾਂ, ਜਿਸ ਗੱਲ ਦੀ ਸਾਨੂੰ ਚਿੰਤਾ ਕਿ ਪੰਜਾਬ ਵਿੱਚ ਇਹ ਅਮਨ ਸ਼ਾਂਤੀ ਭੰਗ ਕਰਨ ਨੂੰ ਫਿਰਦੇ ਨੇ, ਜੇ ਇਹਨਾਂ ਗੱਲਾਂ ਨੂੰ ਸਰਕਾਰ ਹੀ ਆਪ ਕਰਾਈ ਜਾਊਗੀ, ਫਿਰ ਇੱਕ ਦਿਨ ਕੀ ਕਰਨਗੇ ਲੋਕ ਮਜਬੂਰ ਹੋਏ? ਨਹੀਂ, ਲੇਕਿਨ ਇਹ ਤਾਂ ਚੀਜ਼ ਆਪਾਂ ਪਹਿਲਾਂ ਨਹੀਂ ਜੱਜ ਕਰ ਸਕਦੇ ਨਾ ਕਿ ਬਲੱਡ ਸ਼ੈੱਡ ਹੋਇਆ। ਵੀਡੀਓ ਦੇਖੀ ਨਾ ਜੀ, ਵੀਡੀਓ ਦੇਖੀ ਨਾ, ਇੱਕ ਬੰਦੇ ਨੇ ਕਾਰ ਅੱਗੇ ਆਉਣ ਦੀ ਕੋਸ਼ਿਸ਼ ਕੀਤੀ, ਫਿਰ ਇਹ ਕਹਿਣਾ ਸੀਗਾ ਕਿ ਅਕਾਲੀਆਂ ਨੇ ਬੰਦਾ ਮਾਰਤਾ, ਬਜਾਏ ਇਸ ਗੱਲ ਦੇ ਕਿ ਬੰਦਾ ਆ ਕੇ ਗੱਡੀ ਅੱਗੇ ਫਾਹਾ ਲੈ ਰਿਹਾ ਅਤੇ ਉਹ ਬਚਾਇਆ ਡਰਾਈਵਰ ਨੇ, ਗੱਡੀ ਉਲਟ ਸਕਦੀ ਸੀਗੀ, ਬਜਾਏ ਉਹਦੇ ਅਗੇਂਸਟ ਐਕਸ਼ਨ ਲੈਣ ਦੇ ਉਹ ਸਾਡੇ 'ਤੇ ਇਲਜ਼ਾਮ ਸੁੱਟਣ ਨੂੰ ਫਿਰਦੇ ਸੀ ਨਾ। ਅਤੇ 7 ਤਰੀਕ ਦੀ ਜਿਹੜੀ ਤੁਹਾਡੀ ਰੈਲੀ ਹੈ ਉਹਨੂੰ ਲੈ ਕੇ ਤੁਹਾਡੀ ਕੀ ਤਿਆਰੀ? ਸਾਡੀ ਤਿਆਰੀ ਨਾਲ ਉਹ ਤਾਂ ਬਹੁਤ ਅੱਗੇ ਪਹੁੰਚੇ ਹੋਏ ਹਾਂ, 1-1.5 ਲੱਖ ਤੋਂ ਬੰਦਾ ਉੱਪਰ ਹੋਣਾ, ਖੜ੍ਹੇ ਹੋਣ ਦੀ ਥਾਂ ਨਹੀਂ ਹੋਣੀ। ਅਤੇ ਤੁਹਾਨੂੰ ਕੀ ਲੱਗਦਾ ਇਹਦਾ ਮਕਸਦ ਕੀ ਸੀਗਾ? ਜੇ ਤੁਸੀਂ ਕਹਿੰਦੇ ਸਟੇਟ ਸਪੋਂਸਰਡ ਅਟੈਕਸ ਨੇ ਤਾਂ ਕਿਉਂ ਅਟੈਕ ਕਰਵਾ ਰਹੀ ਹੈ? ਕਿਉਂਕਿ ਗੌਰਮੈਂਟ ਹਰ ਮੁੱਦੇ 'ਤੇ ਫੇਲ ਹੋਈ ਹੈ, ਕੋਈ ਵੀ ਕਮਿਟਮੈਂਟ ਨਹੀਂ ਪੂਰੀ ਕਰ ਸਕੀ, ਕੋਈ ਵੀ ਕਮਿਟਮੈਂਟ। ਗੌਰਮੈਂਟ ਆਪਣੀ ਫਰਸਟ੍ਰੇਸ਼ਨ ਕੱਢ ਰਹੀ ਹੈ, ਫਰਸਟ੍ਰੇਸ਼ਨ, ਐਂਗਰ ਅਤੇ ਲੋਕਾਂ ਦੀ ਅਟੈਂਸ਼ਨ ਡਿਵਰਟ ਕਰ ਰਹੀ ਹੈ, ਹੋਰ ਕੁਛ ਨਹੀਂ। ਧੰਨਵਾਦ ਜੀ। ਆ ਸੀਗੇ ਸਾਡੇ ਨਾਲ ਮਹੇਸ਼ਿੰਦਰ ਜੀ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਕਿ ਅਟੈਕਸ ਹੋ ਰਹੇ ਨੇ ਸ਼੍ਰੋਮਣੀ ਅਕਾਲੀ ਦਲ 'ਤੇ, ਉਹ ਸਾਰੇ ਸਟੇਟ ਸਪੋਂਸਰਡ ਨੇ, ਅਤੇ ਉਹਨਾਂ ਦਾ ਮਕਸਦ ਇਹ ਆ ਕਿ ਜਿਹਨੇ ਵੀ ਜਿਹੜਾ ਧਿਆਨ ਹੈ ਗੌਰਮੈਂਟ ਦਾ ਲੋਕਾਂ ਦਾ, ਉਹਨਾਂ ਨੂੰ ਇਹ ਇਲਿਊਜ਼ਨ ਕ੍ਰੀਏਟ ਕੀਤੀ ਜਾਵੇ ਕਿ ਲੋਕ ਜਿਹੜੇ ਨੇ ਉਹ ਸਟੇਟ ਗੌਰਮੈਂਟ 'ਤੇ ਭਰੋਸਾ ਕਰ ਰਹੇ ਨੇ ਅਤੇ ਅਕਾਲੀ ਦਲ ਦੇ ਅਗੇਂਸਟ ਨੇ, ਜਾ ਕਰਕੇ ਜਿਹਦੇ ਕਰਕੇ ਦਿਖਾਇਆ ਜਾ ਰਿਹਾ ਕਿ ਅਟੈਕ ਕੀਤੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ 'ਤੇ। ਕੈਮਰਾਮੈਨ ਦੀਪਕ ਦੇ ਨਾਲ ਅਨਮੋਲ ਸਿੰਘ ਗੁਲਾਟੀ, ਦੈਨਿਕ ਸਵੇਰਾ, ਚੰਡੀਗੜ੍ਹ।